ਕਿ ਉਸਾਰਾ ਸਾਡੀ ਪੂਰੀ ਔਰ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਪਟਵਾਰੀ ਕੰਮ ਤੇ ਆਉਣ ਤੇ ਲੋਕਾਂ ਦਾ ਕੰਮ ਹੋਵੇ ਲੋਕਾਂ ਨੂੰ ਸਹੂਲਤ ਮਿਲੇ ਹਮੇਸ਼ਾ ਅਸੀਂ ਸਾਰੇ ਇਸ ਕਰਕੇ ਆਗੇ ਵੀ ਸਾਨੂੰ ਕੰਮ ਕਰਨ ਦੀ ਯਾਦ ਆਤੇ ਆ ਸਾਡੇ ਇੱਕ ਸੁਭਾਅ ਦਾ ਹਿੱਸਾ ਵਾ ਅਸੀਂ ਕੰਮ ਕਰਨਾ ਕੰਮ ਕਰਕੇ ਅਸੀਂ ਇਸ ਕਰਕੇ ਆਗੇ ਵੀ ਮਤ ਜਿਹੜੇ ਪੰਜਾਬ ਦੇ ਹਾਲਾਤ ਆ ਉਹ ਬਹੁਤ ਦਰਦਨਾਕ ਆ ਪਟਵਾਰੀ ਯੂਨੀਅਨ ਆਈ ਪੰਜਾਬ ਸਰਕਾਰ ਦੇ ਹੱਕ ਚ ਕੀਤੀ ਪ੍ਰੈਸ ਵਾਰਤਾ ਕਿਹਾ ਸਰਕਾਰ ਦੇ ਹਰ ਹੁਕਮ ਦੀ ਕਰਾਂਗੇ ਪਾਲਣ ਜਿੱਥੇ ਪਟਵਾਰ ਯੂਨੀਅਨ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਕੇ ਪਟਵਾਰੀ ਯੂਨੀਅਨ ਆਈ ਪੰਜਾਬ ਸਰਕਾਰ ਦੇ ਹੱਕ ਚ ਕੀਤੀ ਪ੍ਰੈਸ ਵਾਰਤਾ ਕਿਹਾ ਸਰਕਾਰ ਦੇ ਹਰ ਹੁਕਮ ਦੀ ਕਰਾਂਗੇ ਪਾਲਣ ਜਿੱਥੇ ਪਟਵਾਰ ਯੂਨੀਅਨ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਕੇ ਕੰਮ ਕਾਜ ਰੋਕ ਕੇ ਬੈਠੇ ਹੋਏ ਨੇ ਤੇ ਉੱਥੇ ਹੀ ਦੂਸਰੇ ਪਾਸੇ ਨਿਊ ਰੈਵਨਿਊ ਪਟਵਾਰੀ ਕਨਗੋ ਜੱਥੇਬੰਦੀਸ ਪੰਜਾਬ ਦੀ ਅਗਵਾਈ ਚ ਪਟਵਾਰੀਆਂ ਵੱਲੋਂ ਬਟਾਲਾ ਚ ਪ੍ਰੈਸ ਵਾਰਤਾ ਕਰਦੇ ਹੋਏ ਪੰਜਾਬ ਸਰਕਾਰ ਦੇ ਹੱਕ ਚ ਖੜਨ ਦਾ ਫੈਸਲਾ ਲੈ ਲਗਿਆ ਇਸ ਮੌਕੇ ਪਟਵਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੱਕ ਵਿੱਚ ਖੜੇ ਹਾਂ ਤੇ ਖੜੇ ਰਹਾਂਗੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਡਿਊਟੀ ਲਗਾਉ 24 ਘੰਟੇ ਕਰਾਂਗੇ ਕੰਮ ਪੰਜਾਬ ਦੇ ਲੋਕਾਂ ਨੂੰ ਨਹੀਂ ਆਉਣ ਦੇਵਾਂਗੇ ਕੋਈ ਮੁਸ਼ਕਿਲ ਕਿਹਾ ਪ੍ਰਿਸ਼ਟਾਚਾਰ ਪਟਵਾਰੀਆਂ ਦੇ ਨਾਲ ਨਹੀਂ ਖੜਾਂਗੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਿਸ਼ਟਾ ਪਟਵਾਰੀਆਂ ਤੇ ਅਫਸਰਾਂ ਖਿਲਾਫ ਸਖਤੀ ਕਰਕੇ ਬਿਲਕੁਲ ਸਹੀ ਕੀਤਾ ਹੈ ਉਹਨਾਂ ਕਿਹਾ ਕਿ ਪ੍ਰਿਸ਼ਟ ਪਟਵਾਰੀਆਂ ਤੇ ਅਫਸਰਾਂ ਦੀ ਜਾਇਦਾਦ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕੀ ਨਾਮ ਹੈ ਜਗਦੀਪ ਸਿੰਘ ਜੀ ਜਿੰਨੀ ਕੀ ਸਮੇਂ ਕਿੰਨੇ ਕ ਪਟਵਾਰੀ ਵਾਪਸ ਆ ਗਏ ਕਿੰਨੇ ਗਰੀ ਹੜਤਾਲ ਦੇ ਵੇਖੋ ਸਰ ਸਾਡੀ ਪੂਰੀ ਔਰ ਕੋਸ਼ਿਸ਼ ਆ ਕਿ ਵੱਦ ਤੋਂ ਵੱਦ ਪਟਵਾਰੀ ਕੰਮ ਤੇ ਆਉਣ ਤੇ ਲੋਕਾਂ ਦਾ ਕੰਮ ਹੋਵੇ ਲੋਕਾਂ ਨੂੰ ਸਹੂਲਤ ਮਿਲੇ ਕੀ ਲੱਗਦਾ ਕਿ ਜਿਹੜੇ ਦੋਸ਼ ਆਮ ਲੋਕ ਲਾਉਂਦੇ ਪਬਲਿਕ ਲਾਉਂਦੀ ਆ ਕਿ ਪਟਵਾਰੀ ਕਰਪਟ ਨੇ ਬਿਨਾ ਪੈਸੇ ਉਹਦਾ ਕੰਮ ਨਹੀਂ ਕਰਦਾ ਕਿੰਨੇ ਪਰਸੈਂਟ ਪਟਵਾਰੀ ਕਰਪਟ ਸਰ ਜਿਹੜੇ ਪਟਵਾਰੀ ਆ ਜਾਂ ਕੋਈ ਵੀ ਮੁਲਾਜ਼ਮ ਆ ਉਹ ਸਮਾਜ ਦਾ ਇੱਕ ਹਿੱਸਾ ਵਾ ਸਮਾਜ ਤੋਂ ਹੀ ਪੈਦਾ ਹੁੰਦੇ ਆ ਤੇ ਮੁਲਾਜ਼ਮ ਜਿਹੜੇ ਸਮਾਜ ਦਾ ਦਰਪਣ ਆ ਠੀਕ ਹੈ ਜੀ ਇਸੇ ਤਰ੍ਹਾਂ ਹਰ ਵਿਭਾਗ ਵਿੱਚ ਚੰਗੇ ਮਾੜੇ ਜਿਸ ਤਰ੍ਹਾਂ ਸਮਾਜ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਆ ਉਦਾਂ ਹੀ ਹਰ ਵਿਭਾਗ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਆ ਇਹ ਨਹੀਂ ਕਿ ਸਾਰੇ ਪਟਵਾਰੀ ਹੀ ਮਾੜੇ ਤੇ ਜਾਂ ਸਾਰੇ ਚੰਗੇ ਹੀ ਆ ਇਹ ਤਾਂ ਨਹੀਂ ਜਿੱਦਾਂ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਆ ਉਸ ਦਾ ਵਿਭਾਗ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਜੀ ਸਰਕਾਰ ਦੀ ਸੇਵਾਈ ਨੂੰ ਕਿੱਦਾਂ ਦੇਖਦੇ ਬਹੁਤ ਚੰਗੀ ਗੱਲ ਆ ਜੀ ਸਰਕਾਰ ਨੇ ਕੰਮ ਲੈਣਾ ਜੀ ਸਰਕਾਰ ਨੇ ਲੋਕਾਂ ਨੂੰ ਸਹੂਲਤ ਦੇਣੀ ਆ ਤੇ ਆਪਾਂ ਚੂਹਰਾ ਕਿਉਂ ਬਣੀਏ ਜੀ ਤੁਸੀਂ ਹੋਰ ਜਿਹੜੇ ਉੱਥੇ ਰਹਿ ਗਏ ਨੇ ਪਟਵਾਰੀ ਦੇ ਨਹੀਂ ਵਾਪਸ ਅਹੀਂ ਸਰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜੂਨੀਅਨ ਦਾ ਫੈਸਲਾ ਬਿਲਕੁਲ ਗਲਤ ਆ ਜੀ ਇੱਕ ਦਾਗੀ ਪਟਵਾਰੀ ਕਰਕੇ ਆਪਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਖੱਜਲ ਕਰਦਿਏ ਇਹ ਨਿਹਾਇਤ ਗਲਤ ਗੱਲ ਆ ਜੀ ਇਹਦਾ ਇਹ ਹੜਤਾਲ ਦਾ ਹਿੱਸਾ ਸਾਨੂੰ ਨਹੀਂ ਬਣਨਾ ਚਾਹੀਦਾ ਅਗਰ ਕੋਈ ਮਸਲਾ ਵਾ ਪਟਵਾਰੀਆਂ ਨੂੰ ਕੋਈ ਮੁਸ਼ਕਲ ਵਾ ਸੀਐਮ ਸਾਹਿਬ ਗੱਲ ਕਰਨ ਨੂੰ ਤਿਆਰ ਆ ਜਿਹੜੇ ਇਹਨਾਂ ਨੇ ਦੋ ਮਸਲੇ ਮੰਨੇ ਜਾਣ ਵਾਲੇ ਸੀਐਮ ਸਾਹਿਬ ਨੇ ਮੰਨ ਲਏ ਨਵੇਂ ਪਟਵਾਰੀਆਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਜਿਹੜੇ ਟ੍ਰੇਨਿੰਗ ਦਵਾਨ ਟ੍ਰੇਨਿੰਗ ਦੌਰਾਨ ਪਟਵਾਰੀਆਂ ਦੀ ਜਿਹੜੀ ਹੈਗਾ ਸਟ੍ਰਾਈਫਿੰਗ ਦੀ 5000 ਆ ਰਹੀ ਉਹਨੂੰ 18000 ਕਰਤਾ ਪਰ ਸਟ੍ਰਾਈਕ ਕਰਨੀ ਨਹੀਂ ਚਾਹੀਦੀ ਸਰ ਜੇ ਗਲਤੀ ਹੋ ਗਈ ਤਾਂ ਖਤਮ ਕਰਨੀ ਚਾਹੀਦੀ ਹੈ ਜੀ 10 ਜਸਵੰਤ ਸਿੰਘ ਦਾਲਮ ਸਿੰਘ ਜੀ ਕਹਿਣਾ ਚਾਹੋਗੇ ਕਿ ਤੁਸੀਂ ਕੰਮ ਤੇ ਕਿਉਂ ਆਕੇ ਤੇ ਬਾਕੀ ਕਿੱਥੇ ਕੰਮ ਤੇ ਅਸੀਂ ਸਾਰੇ ਇਸ ਕਰਕੇ ਆਗੇ ਇਹ ਸਾਨੂੰ ਕੰਮ ਕਰਨ ਦੀ ਯਾਦ ਦਿਤੇ ਆ ਸਾਡੇ ਇੱਕ ਸੁਭਾਅ ਦਾ ਹਿੱਸਾ ਵਾ ਤਸੀਂ ਕੰਮ ਕਰਨਾ ਕੰਮ ਕਰਕੇ ਅਸੀਂ ਇਸ ਕਰਕੇ ਆ ਗਏ ਵੀ ਮਤੇ ਜਿਹੜੇ ਪੰਜਾਬ ਦੇ ਹਾਲਾਤ ਆ ਉਹ ਬਹੁਤ ਦਰਦਨਾਕ ਆ ਪੰਜਾਬ ਦੇ ਵਿੱਚ ਫਲੱਡ ਆਇਆ ਸੀ ਪੰਜਾਬ ਦਾ ਬਹੁਤ ਹਿੱਸਾ ਉਹ ਫਸਲਾਂ ਦਾ ਬਰਬਾਦ ਹੋ ਗਿਆ ਪੰਜਾਬ ਦੇ ਵਿੱਚ ਬਹੁਤ ਜਦਾ ਘਰ ਖਤਮ ਹੋ ਗਏ ਪੰਜਾਬ ਦੇ ਵਿੱਚ ਜਿਹੜੀ ਅਗਲੀ ਫਸਲ ਆ ਉਹ ਵੀ ਬੀਜੀ ਨਹੀਂ ਜਾਣੀ ਅੱਜ ਪੰਜਾਬ ਦੇ ਹਾਲਾਤ ਆ ਔਰ ਅਸੀਂ ਮਹਿਸੂਸ ਕੀਤਾ ਇੱਕ ਫੈਸਲਾ ਕੀਤਾ ਵੀ ਸਾਨੂੰ ਕੰਮ ਕਰਨਾ ਚਾਹੀਦਾ ਇਸ ਹਾਲਾਤਾਂ ਦੇ ਵਿੱਚ ਅੱਜ ਪੰਜਾਬ ਦੇ ਬਹੁਤ ਨੌਜਵਾਨ ਆ ਜਿੰਨਾਂ ਭਰਤੀ ਵੇਖਣੀ ਹੈ ਜਿਉਂਦਾ ਸਰਟੀਫਿਕੇਟ ਨਾ ਨਾ ਬਣਿਆ ਤੇ ਅਗਲੀ ਭਰਤੀ ਤੇ ਉਹਨਾਂ ਓਵਰੇਜ ਹੋ ਜਾਣਾ ਅਸੀਂ ਇਹ ਸੋਚ ਕੇ ਫੈਸਲਾ ਕੀਤਾ ਵੀ ਪੰਜਾਬ ਦੇ ਵਿੱਚ ਅੱਜ ਜਿਹੜੇ ਹਾਲਾਤ ਬਣੇ ਆ ਔਰ ਜਿਹੜੀ ਸਰਕਾਰ ਅਸੀਂ ਵੱਡੇ ਫਤਵੇ ਨਾਲ ਭੇਜੀ ਆ ਕਿ ਉਹ ਕੋਈ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਤੇ ਜਾੜਾ ਅਸੀਂ ਗੰਦਲਾ ਪੰਜਾਬ ਦਾ ਕਿਉਂ ਇਹ ਸਬਣੀਏ ਸਾਨੂੰ ਰੰਗਲੇ ਪੰਜਾਬ ਦਾ ਹੀ ਇਹ ਸਭਾ ਨਾਚੀਦਾ ਇਸ ਮਿਸ਼ਨ ਤਹਿਤ ਕੰਮ ਹੀ ਪੂਜਾ ਹੈ ਉਹ ਗਏ ਇਸ ਕਰਕੇ ਸਟੇਜ ਦੇ ਉੱਤੇ ਵੀ ਸੰਗਰੂਰ ਡਿਸਟ੍ਰਿਕਟ ਦਾ ਇੱਕ ਪਟਵਾਰੀ ਆ ਉਹ ਪਟਵਾਰੀ ਨੂੰ ਪਹਚਾਉਣ ਵਾਸਤੇ ਇਸ ਸਟੇਜ ਤੇ ਚਲ ਗਏ ਵੀ ਉਹਦੇ ਖਿਲਾਫ ਇੱਕ ਵਿਜੀਲੈਂਸ ਨੇ ਇਨਕੁਆਇਰੀ ਕਰਕੇ ਉਹਦੀ ਪ੍ਰਾਪਰਟੀ ਦਾ ਪਰਚਾ ਦੇ ਦਿੱਤਾ ਉਹਦੇ ਉਹਦੇ ਕਾਲੇ ਕਾਰਨਾਮਿਆਂ ਦਾ ਪਰਚਾ ਦੇ ਦਿੱਤਾ ਉਹ ਐਫ ਆਈ ਆਰ ਕੈਨਸਲ ਕਰਾਉਣ ਵਾਸਤੇ ਪਟਵਾਰੀ ਸਾਰੇ ਜਿਹੜੇ ਨਾ ਉਹ ਹੜਤਾਲ ਤੇ ਚਲ ਗਏ ਕੀ ਫਾਇਦਾ ਫਰਦਾਇਤੀ ਹੋ ਗਿਆ ਪੰਜਾਬ ਦਾ ਨੁਕਸਾਨ ਹੋ ਗਿਆ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਗਿਆ ਔਰ ਅਸੀਂ ਆਪਣੀ ਕਸਮ ਤੋਂ ਲਾਂਭੇ ਚੜਗੇ ਕਿ ਅਸੀਂ ਲੋਕਾਂ ਨਾਲ ਇਨਸਾਫ ਕਰਾਂਗੇ ਅੱਜ ਅਸੀਂ ਲੋਕਾਂ ਦੇ ਨਾਲ ਧੱਕੇ ਸਹੀ ਕਰ ਰਹੇ ਆਂ ਲੋਕਾਂ ਨਾਲ ਬੇਨਸਾਫੀ ਕਰ ਰਹੇ ਆ ਔਰ ਸਰਕਾਰ ਦੇ ਸਰਕਾਰ ਦੇ ਅਸੀਂ ਬਾਗੀਆਂ ਚ ਆ ਗਏ ਆ ਔਰ ਜਿਹਦੀ ਮਹਾਨਤਾ ਪਟਵਾਰੀ ਸ਼ਬਦ ਜੀ ਉਹ ਜਿਸ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਮਿਲਿਆ ਪਟਵਾਰੀ ਸ਼ਬਦ ਨੂੰ ਔਰ ਜਿਹੜਾ ਇਤਿਹਾਸ ਪਟਵਾਰ ਪਟਵਾਰੀ ਸ਼ਬਦ ਦਾ ਸੀ ਵੀ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਪਟਵਾਰੀ ਉਹਨਾਂ ਦੇ ਸਹਰਾ ਸਾਹਿਬ ਬਟਾਲੇ ਵਾਲੇ ਉਹ ਪਟਵਾਰੀ ਅਸੀਂ ਸਰੋਦੀ ਮਹਾਨਤਾ ਹੀ ਖਤਮ ਕਰਕੇ ਰੱਖਤੀ ਮਤ ਵੀ ਨਹੀਂ ਅਸੀਂ ਪਟਵਾਰੀ ਸ਼ਬਦ ਆਪਣੇ ਤੋਂ ਚਲਾਉਣਾ ਆਪਣੇ ਪਰਿਵਾਰ ਤੋਂ ਚਲਾਉਣਾ ਅਸੀਂ ਆਪਣੇ ਬੈਂਕ ਪੈਲਸ ਤੋਂ ਚਲਾਉਣਾ ਆਪਣੇ ਪਲਾਟਾਂ ਤੋਂ ਚਲਾਉਣਾ ਪਟਵਾਰੀ ਸ਼ਬਦ ਨੂੰ ਜਿੱਦੀ ਵਿਜੀਲੈਂਸ ਨੇ ਕਾਰਵਾਈ ਕੀਤੀ ਜਿਸ ਪਟਵਾਰੀ ਦੇ ਇੱਕ ਪਟਵਾਰੀ ਦੀ ਇੰਨੀ ਜਾਇਦਾਦ ਬਣ ਸਕਦੀ ਬਿਲਕੁਲ ਨਹੀਂ ਸਰ ਮੈਂ ਮੈਂ ਇਸ ਤਰ੍ਹਾਂ ਤੇ ਪੰਜਾਬ ਤੋਂ ਸਭ ਤੋਂ ਸੀਨੀਅਰ ਆ ਸਰ ਮੇਰੇ ਕੋ ਤੇ ਇੱਕ ਕੋਈ ਪਲਾਟ ਵੀ ਨਹੀਂ ਲਿਆ ਗਿਆ ਕੁਝ ਵੀ ਨਹੀਂ ਲਿਆ ਗਿਆ ਮੇਰੇ ਕੋ ਤੇ ਇਹ ਮੇਰੀ ਨਹੀਂ ਬਣ ਸਕਦੀ ਤੇ ਇਹਨਾਂ ਦੀ ਕਿਵੇਂ ਬਣੀ ਆ ਇਟ ਮੀਨਜ਼ ਵੀ ਇਹ ਗਲਤ ਗਲਤ ਤਰੀਕੇ ਨਾਲ ਬਣੀ ਪ੍ਰਾਪਰਟੀ ਸਰਕਾਰ ਨੇ ਜਿਹੜੇ ਫੈਸਲੇ ਲਏ ਬਿਲਕੁਲ ਠੀਕ ਹੈ ਪੰਜਾਬ ਦੇ ਲੋਕਾਂ ਲੋਕਾਂ ਦੇ ਹਿੱਤ ਚ ਆ ਜੀ ਐਜੂਕੇਸ਼ਨ ਡਿਵੈਲਪਮੈਂਟ ਹੋ ਰਹੀ ਆ ਤੇ ਵੱਡੀ ਸਮੱਸਿਆ ਅਸੀਂ ਬਣ ਗਏ ਵੀ ਪੰਜਾਬ ਦੀ ਡਿਵੈਲਪਮੈਂਟ ਅਸੀਂ ਨਹੀਂ ਹੋਣ ਦੇਣੀ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋਣ ਦੇਣਾ ਜੀ ਅੱਜ ਫਲੱਡ ਦਾ ਮੁਆਵਜ਼ਾ ਮਿਲ ਜਾਂਦਾ ਤੇ ਕਿ ਇਹਦਾ ਬੈਲੀ ਦਾ ਬਿੱਲ ਜਮਾ ਹੋ ਜਾਂਦਾ ਇਹ ਪੰਜਾਬ ਦੇ ਜਿਹੜੇ ਸਰਕਾਰ ਫੈਸਲੇ ਲੈ ਰਹੀ ਹੈ ਨਾ ਅਸੀਂ ਉਹਨਾਂ ਦੇ ਵਿਰੋਧੀ ਬਣ ਗਏ ਵਿਰੋਧੀ ਬਣਦੇ ਕਿਸੇ ਕਾਰਨ ਕਰਕੇ ਕਿ ਅਸੀਂ ਬੜੀਆਂ ਵਧੀਆਂ ਸਰ ਕੋ ਨੀਤੀਆਂ ਵਾਂ ਆ ਸਾਡੇ ਨਾਲ ਧੋਖਾ ਹੋ ਰਿਹਾ ਵਾ ਇਹ ਜਰੈ ਕਿ ਭ੍ਰਿਸ਼ਟ ਬੰਦਿਆ ਕਰਕੇ ਅਸੀਂ ਸਰਕਾਰ ਦੇ ਤੇ ਪਾਗੀ ਬਣ ਕੇ ਦੋ ਇਵਨ ਮੀਡੀਆ ਚੈਨਲ ਲਈ ਬਟਾਲਾ ਤੋਂ ਲਾਪ੍ਰੀ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ